ਇੱਧਰ ਨਿਆਣੇ ਲੱਗੇ ਨੇ ਸਕੂਲ ਦੇ ਬੱਚੇ ਨੇ ਆਏ ਨੇ ਘੁੰਮਣ ਔਰ ਖਿਲਾ ਰਹੇ ਨੇ ਖਾਣਾ ਜ਼ੈਬਰਿਆਂ ਨੂੰ ਜ਼ਰਾਫਿਆਂ ਨੂੰ ਆਲਾ ਹਿੱਪੋ ਜਿਹੜਾ ਪੇਂਟ ਹੋ ਰਿਹਾ ਸੀ ਨਾ ਬਾਰੇ ਉਹ ਵਾਲਾ ਹਿੱਪੋ, ਲੇਕਿਨ ਇਹ ਓਰੀਜਨਲ ਵਾਲਾ। ਭੈਣ ਚੋਦ ਦੇ ਕੋਲੋਂ ਡਰ ਵੀ ਲੱਗਦਾ। ਬੜਾ ਡੇਂਜਰਸ ਟਾਈਪ ਦਾ। ਹਾਲੇ ਮੈਂ ਇਹਦੇ ਬਿਲਕੁਲ ਨੇੜੇ ਖੜ੍ਹਾ ਅਤੇ ਮੇਰੀਆਂ ਇੱਥੇ ਲੱਤਾਂ ਕੰਬਦੀਆਂ ਪਈਆਂ ਇਹੋ ਜਿਹੇ ਜਾਨਵਰਾਂ ਨੂੰ ਵੇਖ ਕੇ। ਜਿਹੜੇ ਇਹਨਾਂ ਦੇ ਬਿਲਕੁਲ ਨੇੜੇ ਹੋਣਗੇ ਉਹਨਾਂ ਦਾ ਕੀ ਹਾਲਤ ਹੁੰਦੀ ਹੋਏਗੀ। ਚੰਗਾ ਭਲਾ ਵੱਡਾ ਹੀ ਪੋਏ। ਇੱਥੋਂ ਨਜ਼ਰ ਆਉਂਦਾ ਇੱਕ ਉਹ ਪਰਾਂ ਬੈਠਾ, ਇੱਕ ਆ ਨਜ਼ਦੀਕ ਉਹ ਚਲਾ ਗਿਆ ਪਾਣੀ। ਅਤੇ ਇਹਨਾਂ ਵਾਸਤੇ ਫੁਹਾਰੇ ਵੀ ਚੱਲ ਪਏ ਪਾਣੀ ਠੰਡਾ ਦੇਣ ਵਾਸਤੇ। ਡਰ ਵੀ ਲੱਗਦਾ ਇਹਨਾਂ ਹੀਪੋਆਂ ਦੇ ਕੋਲੋਂ, ਇਹਨੇ ਹੁਣੇ ਹੁਣ ਪਾਣੀ ਦੇ ਵਿੱਚ ਬਹਿ ਜਾਣਾ। ਇਹ ਹਰ ਟਾਈਮ ਪਾਣੀ ਦੇ ਅੰਦਰ ਹੀ ਰਹਿੰਦੇ, ਇੱਕ ਇਹਦੇ ਨਾਲ ਉਹ ਪਰਾਂ ਉਹ ਅੰਦਰ ਬੈਠਾ ਹੋਇਆ, ਉਹ ਨਹੀਂ ਬਾਹਰ ਨਿਕਲ ਸਕਦਾ। ਇਹਨਾਂ ਨੂੰ ਲੱਗੀ ਹੈ ਭੁੱਖ ਸੁਬਹਾ ਦਾ ਟਾਈਮ, ਉਹ ਪਾਣੀ ਨਿਕਲਦਾ ਪਿਆ ਪੱਖਿਆਂ 'ਚੋਂ ਅਤੇ ਠੰਡਾ ਪਾਣੀ ਏ ਸੀ ਦਾ। ਅੰਦਰ ਚਲੇ ਜਾਣਾ ਫਿਰ ਨਜ਼ਰ ਵੀ ਨਹੀਂ ਆਉਣਾ। ਅਜੀਬ ਜਾਨਵਰ ਨੇ, ਡਰ ਹੀ ਲੱਗਦਾ ਇਹਨਾਂ ਦੇ ਕੋਲੋਂ। ਦੂਰੀ ਚੰਗੀ ਫਿਰ ਮੂੰਹ ਆ ਖੋਲਿਆ ਇਹਨੂੰ, ਭੁੱਖ ਲੱਗੀ ਹੈ ਅਤੇ ਜ਼ਿਹਨ 'ਚ ਇਹ ਕਿ ਮੈਂ ਕੋਈ ਚੀਜ਼ ਇਹਨੂੰ ਖਵਾਉਣ ਲੱਗਾ।